ਸਤਿ ਸ੍ਰੀ ਅਕਾਲ ਦੋਸਤੋ ਸਾਰਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਬੜੀ ਮੰਦਪਾ ਕੀ ਗੱਲ ਹੈ ਕਿ ਹਰ ਥਾਂ ਤੇ ਬੇਅਦਬੀ ਦੀ ਘਟਨਾ ਸਾਹਮਣੇ ਆ ਰਹੀ ਹੈ ਪਰ ਪੁਲਿਸ ਕਈ ਥਾਵਾਂ ਤੇ ਮੁਜਰਮ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ ਪਰ ਬੇਅਦਬੀਆਂ ਘਟਨਾਵਾਂ ਰੁਕੰਦਾ ਨਾ ਨਹੀਂ ਡੈਰੀਆਂ ਸੋ ਇਹੋ ਜਿਹੀ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਮੋਗਾ ਦੇ ਪਿੰਡ ਸਖਾਨੰਦ ਚ ਵਾਪਰੀ ਬੇਅਦਬੀ ਦੀ ਘਟਨਾ ਮੌਕੇ ਤੇ ਹੀ ਦਬੋਚਮ ਮੁਜਰਮ ਆਇਦਨੀ ਕੋਈ ਨਾ ਕੋਈ ਬੇਅਦਬੀ ਦੀ ਘਟਨਾ ਸਾਹਮਣੇ ਆਉਦੀ ਰਹਿੰਦੀ ਹੈ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਪੁਲਿਸ ਥਾਣਾ ਸਮਰਸ ਸਮਾਲਸਰ ਅਧੀਨ ਪੈਂਦੇ ਪਿੰਡ ਸਥਨੰਦ ਸਖਾਣੰਦ ਵਿਖੇ ਬੀਤੀ ਰਾਤ ਤਕਰੀਬਨ 11 ਵਜੇ ਦੇ ਕਰੀਬ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸ਼ਰਾਬੀ ਵਿਅਕਤੀ ਵੱਲੋਂ ਤਿੰਨ ਗੁੱਟਕਾ ਸਾਹਿਬ ਦੇ ਅੰਗ ਮੰਡੀ ਦੇ ਵਿੱਚ ਖਲਾਰ ਦੀ ਖਲਾਰ ਕੇ ਬੇਅਦਬੀ ਘਟਨਾ ਦੀ ਘਟਨਾ ਦਾ ਅੰਜਾਮ ਦਿੱਤਾ ਗਿਆ ਜਿਸ ਦੇ ਪਿੰਕਾ ਲੋਕਾਂ ਨੂੰ ਪੈਣ ਦੇ ਪਿੰਡ ਸਖਾਨੰਦ ਦੇ ਅਤੇ ਨਾਲ ਲੱਗਦੇ ਪਿੰਡ ਦੀ ਸੰਗਤ ਨੇ ਕਥਿਤ ਮੁਜਰਮ ਨੂੰ ਮੌਕੇ ਤੇ ਹੀ ਦਬੋਚ ਲਿਆ ਨਸ਼ੇ ਦੀ ਹਾਲਾਤ ਚ ਤੁੱਟ ਪਿਆ ਸੀ ਮੁਜਰਮ ਪਿੰਡ ਸਖਾਨੰਦ ਦੇ ਸਰਪੰਚ ਲਖਵੀਰ ਸਿੰਘ ਅਤੇ ਪਿੰਡ ਚੀਦਾ ਦੇ ਡਾਕਟਰ ਜਗਮੀਤ ਸਿੰਘ ਨੇ ਜਾਣਕਾਰੀ ਦੰਦਿਆਂ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਲਈ ਉਹਨਾਂ ਥਾਣਾ ਸਮਾਲਸਰ ਦੀ ਪੁਲਿਸ ਨੂੰ ਸੂਚਿਤ ਕਰਕੇ ਉਕਤ ਕਥਿਤ ਮੁਜਰਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਲੋਕਾਂ ਨੇ ਦੱਸਿਆ ਕਿ ਕਥਿਤ ਮੁਜ਼ਮ ਮੁਜਰਮ ਨੇ ਪੁਛਗਿੱਛ ਦੌਰਾਨ ਆਪਣਾ ਪਿੰਡ ਚੰਡੂਕੇ ਦੱਸਿਆ ਜੋ ਕਥਿਤ ਕਟਨਾ ਵਾਲੀ ਥਾਂ ਦੇ ਸਾਹਮਣੇ ਇੱਥੋਂ ਦੇ ਮਸ਼ਹੂਰ ਡੇਰੇ ਵਿੱਚ ਲੱਕੜਾਂ ਕੱਟਣ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ ਸੋ ਦੋਸਤੋ ਇਹ ਵੱਡੀ ਅਪਡੇਟ ਹੈ ਇਸ ਖਬਰ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਸੋਚਦੇ ਹੋ ਕਿ ਬੇਅਦਬੀ ਦੀਆਂ ਜਿਹੜੀਆਂ ਕਟਨਾ ਹੈ ਉਹ ਕਿਵੇਂ ਰੁਕਣਗੀਆਂ ਤੇ ਇਸ ਦੇ ਖਿਲਾਫ ਕਿਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਸੋ ਇਹ ਇੱਕ ਵੱਡੇ ਸਵਾਲ ਨੇ ਜਿੰਨਾ ਦਾ ਜਵਾਬ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤਾਂ ਕਿ ਲੋਕਾਂ ਨੂੰ ਜਾਗਰੂਕਤ ਹੋਵੇ ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਹੋਰ ਖਬਰਾਂ ਦੇ ਲਈ ਸਾਡਾ ਟੀਵੀ ਯੂਐਸਏ ਦੇ ਨਾਲ ਬਣੇ ਰਹੋ ਧੰਨਵਾਦ